ਵੈਲਕਮ ਔਰ ਵੈਲਕਮ ਬੈਕ ਟੂ ਮਾਈ ਨਿਊ ਯੂਟਿਊਬ ਵੀਡੀਓ। ਹੋਪ ਕਰ ਕੇ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਦਾ ਮੌਸਮ ਤੁਹਾਨੂੰ ਦਿਖਾ ਦਿੰਦੀ ਹਾਂ ਮੈਂ, ਵਧੀਆ ਹੀ ਹੈ। ਬਾਕੀ ਬਾਈ ਮੈਂ ਫਲੋਰ ਧੋਦਾ ਵੀ ਸਾਰਾ ਕੁਛ ਵਧੀਆ ਲੱਗਦਾ। ਚਲੋ ਜੀ, ਅੱਜ ਦਾ ਵਲੌਗ ਤੁਹਾਨੂੰ ਦੱਸਦੀ ਹਾਂ, ਬਹੁਤ ਹੀ ਜ਼ਿਆਦਾ ਐਕਸਾਈਟਿੰਗ ਹੋਣ ਵਾਲਾ ਹੈ ਅਤੇ ਰੈਗੂਲਰ ਵਲੌਗਸ ਮੇਰੇ ਆਉਂਦੇ ਵੀ ਨਹੀਂ ਹੈ। ਵਲੌਗ ਨਾਲ ਬਣੇ ਰਹੋ, ਐਂਡ ਤੱਕ ਜ਼ਰੂਰ ਦੇਖਿਓ। ਆਈ ਹੋਪ ਤੁਹਾਨੂੰ ਵਲੌਗ ਵਧੀਆ ਲੱਗੂਗਾ। ਆਪਣੇ ਵੱਲੋਂ ਮੈਂ ਜਿੰਨਾ ਵਧੀਆ ਬਣਾ ਸਕਦੀ ਹਾਂ ਮੈਂ ਬਣਾਉਣ ਦੀ ਕੋਸ਼ਿਸ਼ ਕਰੂੰਗੀ। ਬਾਕੀ ਲਾਈਕ ਕਮੈਂਟ ਸ਼ੇਅਰ ਤਾਂ ਤੁਸੀਂ ਕਰਨਾ ਹੀ ਹੈ, ਸਬਸਕ੍ਰਾਈਬ ਵੀ ਚੈਨਲ ਨੂੰ ਕਰ ਦਿਓ। ਗਾਈਸ, ਇੱਕ ਤਾਂ ਕਿਤੇ ਜਾਣਾ ਹੋਏ ਨਾ, ਸੱਚੀ ਕਹਿੰਦੀ ਹਾਂ ਕੱਪੜੇ ਨਹੀਂ ਲੱਗਦੇ। ਦੇਖੋ ਹਜੇ ਪਰ ਮੈਂ ਕੱਪੜੇ ਛਾਂਟ ਰਹੀ ਹਾਂ, ਕੁਛ ਅੱਜ ਦਾ ਕੱਪੜਾ ਨਿਕਲ ਜਾਏ, ਹੈਗਾ ਹੀ ਨਹੀਂ। ਪਰੇਸ਼ਾਨ ਹੋ ਗਈ ਹੂੰ ਮੈਂ, ਕੀ ਪੱਗ ਜਾਇਆ ਜਾਏ ਭਰਾਵਾ, ਨਵੇਂ ਕੱਪੜੇ ਤਾਂ ਲੈਣ ਨੂੰ ਚਿਹਰ ਹੋ ਗਿਆ। ਹੈਲੋ, ਰੋਂਦੀ ਰਹਿੰਦੀ ਜਦੋਂ ਦੇਖੋ। ਅਤੇ ਹੁਣ ਦੇਖਦੇ ਹਾਂ ਆਪਣੀ ਫਾਈਨਲ ਡਰੈਸ ਕੀ ਹੋਊਗੀ। ਬਾਕੀ ਰਹਿਣਾ ਤਾਂ ਆਪਾਂ ਜੀ ਨੇ ਜੀਣੀ ਆ, ਇਹਦੀਆਂ ਗੱਲਾਂ ਤੇ ਨਾ ਉਹ ਸੋਚੀ ਆਏ ਹੋ ਵੀ ਪਤਾ ਨਹੀਂ ਕੀ ਪਾ ਕੇ ਜਾਊਗੀ। ਗੰਦੀ ਦੀ ਜੀਨ, ਗੰਦੀ ਦੀ ਜੈਕਟ ਪਾ ਕੇ ਨਿਕਲੇ ਨਾ। ਇਹ ਗੰਦੀ ਹੈ, ਜ਼ਾਰਾ ਦੀ ਹੈ। ਇਟਸ ਟੂ ਬੇਸਿਕ, ਟੂ ਬੇਸਿਕ। ਓ ਹੈਲੋ, ਸਾਡੇ ਵਾਸਤੇ ਨਹੀਂ ਬੇਸਿਕ, 65 ਰੁਪਏ ਲਾ ਯਾਰ ਤੇ $65। ਪਸੀਨੇ ਦੀ ਕਮਾਈ ਆ ਭਰਾਵਾ, ਇੱਕ ਇੱਕ ਡਾਲਰ ਚੁੱਭ ਲੈ। ਤੇ ਚਲੋ ਹੁਣ ਗਾਈਜ਼, ਇਹ ਮੈਨੂੰ ਕੱਪੜੇ ਲੱਭ ਕੇ ਦੇਗੀ ਤੇ ਮੈਂ ਪਾ ਕੇ ਜਾਊਂਗੀ, ਦੇਖਦੇ ਇਹਦੀ ਪਸੰਦ। ਅਜੀਬ ਮੁਸੀਬਤ ਹੈ, ਉਦੋਂ ਨੀਂਦ ਆ ਰਹੀ ਹੈ ਯਾਰ, ਤੇਰੀ ਆਪਾਂ ਗੱਪਾਂ ਹੀ ਮਾਰਦੇ ਰਹੇ ਸਵੇਰੇ ਕਾਲਜ। ਮੈਂ ਕਾਲਜ ਲਾ ਕੇ ਆ ਕੇ ਸੋ ਜੂਗੀ, ਸੋਵਾਂਗੀ। ਦਿਨ ਤਾਂ ਵੱਜ ਗਿਆ, ਹੁਣ ਤਾਂ ਉੱਠੀਏ। ਆਮ ਰੈਡੀ, ਟੈਨ ਆ ਰਹੀ ਹੈ ਪੂਰੀ, ਬਸ ਆਪਾਂ ਦੇ ਸਿੰਪਲ, ਨਾ ਕੋਈ ਮੇਕਅਪ। ਵੀ ਆਰ ਰੈਡੀ। ਬੰਗਲਾ ਹੈਗਾ ਵਾਈਟ ਰੌਕ 'ਚ, ਵਾਈਟ ਫਿਰ ਕੀ ਆਪਾਂ ਦਿਲ ਤੋਂ ਅਮੀਰ ਆ ਹਣਾ ਵੀ ਹਣਾ ਵੀ ਅਸ਼ਮੀਤ ਤੈਨੂੰ ਪਤਾ ਤੂੰ ਲੇਟ ਹੋ ਰਹੀ ਆ, ਬੇਬੀ ਅਸਾਈਨਮੈਂਟ ਕੀਤੀ ਨਾ, ਉੱਠ ਜਾ ਹੁਣ, ਉੱਠ ਜਾ ਐਲਿਸ। ਅਸਾਈਨਮੈਂਟ ਦੱਸ, ਕਰ ਲੇਗੀ ਨਾ ਇੱਕ ਨਾ, ਮੈਨੂੰ ਮੇਰੇ ਬਾਲਾਂ ਦਾ ਨੀ ਹਿਸਾਬ ਕਿਤਾਬ ਜਿਹਾ ਆਖੋ। ਲੋਕਾਂ ਦੇ ਵਾਲੇ ਇੰਨੇ ਸੋਹਣੇ ਸੋਹਣੇ ਸਿਲਕੀ ਸਿਲਕੀ ਆ, ਮੇਰੇ ਨਾਲ ਗੁੰਡ ਲੈ ਆਉਣਾ ਸਿੱਧੇ ਆ। ਹਾਂਜੀ ਆਨੀ ਆ, ਕੰਮ ਹੈ ਕੋਈ? ਇਹਨੇ ਪੱਕਾ ਕੋਈ ਨਾ ਕੋਈ ਨਾ ਅਸਾਈਨਮੈਂਟ ਦਾ ਕੰਮ ਕਹਿਣਾ। ਮੈਂ ਕਿਹਾ ਕੰਮ ਹੈ ਕੋਈ? ਕਿਹੜਾ ਚਾਰਜਰ ਹੈ ਥੱਲੇ ਵਾਲਾ? ਸਿੰਪਲ ਬਹੁਤ ਸੋਹਣੀ ਲੱਗਦੀਆਂ, ਬਿਲਕੁਲ ਸਿੰਪਲ ਐਂਡ ਸੋਬਰ। ਆਪਣੀਆਂ ਤਾਰੀਫਾਂ ਖੁਦ ਹੀ ਕਰੋ ਕਿਉਂਕਿ ਮੈਂ ਖੁਦ ਹੀ ਫੇਵਰੇਟ ਹਾਂ, ਮੈਨੂੰ ਕਿਸੇ ਦੀ ਫੇਵਰੇਟ ਹੋਣ ਦੀ ਜ਼ਰੂਰਤ ਹੀ ਨਹੀਂ ਹੈ, ਖੁਦ ਹੀ ਫੇਵਰੇਟ ਹਾਂ ਐਂਡ ਆਈ ਐਮ ਹੈਪੀ। ਅਮੀਜਾਨ ਦੇਖ ਰਹੇ ਆਪ, ਜਬ ਕੁਛ ਨਯਾ ਆਤਾ ਹੈ ਉਸਕੀ ਖੁਸ਼ੀ ਦੇਖਤੇ ਆਪ। ਆ ਪਰਸ ਲੈ ਕੇ ਜਾਣਾ ਤੂੰ ਅਸ਼ਮੀ, ਤੂੰ ਲੈ ਕੇ ਜਾਣਾ ਕੋਈ ਪਰਸ? ਪੈਸੇ ਤਾਂ ਨਹੀਂ ਹੈਗੇ,
ਵਾਧੂ ਪੈਸੇ ਆ ਵੀ ਵਾਧੂ ਪੈਸੇ ਏਦਾਂ ਨਹੀਂ ਕਹਿਣੇ ਪੈਸੇ ਨਹੀਂ ਹੈਗੇ ਬਹੁਤ ਦਿੱਤਾ ਮਾਲਕ ਨੇ ਖੁਸ਼ ਰਹੋ ਬਹੁਤ 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 ਲੇਟ ਕਰਾਤਾ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੈਂ ਹੋਈ ਅੱਧੇ ਘੰਟੇ ਦੀ ਰੈਡੀ ਐਂਡ ਇਹ ਤੂੰ 40 ਮਿੰਟ ਦਾ ਰਾਹ ਹੈ ਅਤੇ ਆਪਾਂ ਆਲਰੇਡੀ ਅੱਧਾ ਘੰਟਾ ਲੇਟ ਆ ਵਾਓ ਕੀ ਕਰਾਂ ਪ੍ਰਭ ਤੂੰ ਤਾਂ ਕਹਿੰਦੀ ਨਾਲੇ ਪਰਸ ਲੈ ਕੇ ਨਹੀਂ ਆਉਣਾ ਹਾਂ ਕਲੀ ਕੁਛ ਪਾ ਨਾਲੇ ਰਹਿਣ ਦੇ ਹੁਣ ਤੂੰ ਕੀ ਪਾਉਣਾ ਸੀ ਲਿਪ ਬਾਮ ਉਹ ਤਾਂ ਮੈਂ ਚੱਕ ਲਿਆ ਚਲੋ ਚੱਲੀਏ ਆ ਜਾ ਭਰਾਵਾ ਤੂੰ I'm little bit nervous. मैं बढ़िया भी लग रही क्योंकि बहुत टाइम बाद ऑलमोस्ट एक साल बाद मैं जा रही हूँ किसी प्रमोशन वीडियो वास्ते वैसे तो मैं इंडिया भी नहीं जाती बट फिर भी इंडिया इन्ना महसूस नहीं होता इतना बढ़िया जो लग रहा है क्योंकि लाइफ बहुत बिजी है चले चलो बहुत यार पढ़ना नहीं आता इधर दे ब्रिटिश एक्सेंट अलग होता है सोनी लग रही ब्रो अंदरों मतलब आवाज आनी चाहिए उठ के सवाल करो वधिया माहौल बनिया हो इवेंट हो गया गाइस खत्म बहुत वधिया एक्सपीरियंस रहा गिप्पी भाजी तो नहीं आए बट सरगुन मैम द इन्ना वधिया बिहेवियर हैगा ही वाज टॉकिंग विद मी लाइक पुत मेरा पकौड़ा कि नहीं लोग बना रही ना थप्पड़ मारना पुत पुत करके गल करते इज रियली सो नाइस इन्नी अंग्रेजी नहीं मारी दी I'm done with the event and with a gift we milia utthe kisi di promotion da work chal reha si and she gifted me a cake with something I don't know what is that and unna mere photo da vi click kiti mere number vi bahut jane ne le mere bahut vadhiya laga and specially mainu second ma'am nu milke inna vadhiya laga yaar unna da inna vadhiya nature hi touch wood mainu matlab jad main on screen unna nu dekhti mainu edda nahi lagda ki yaar ठीक है मैंने लगा कि ठीक होनी मैं कभी उन्होंने बारे सोचा नहीं बट अज मैं उन्होंने फेस टू फेस वन फेस टू फेस उन्होंने गल की एंड इन्ने वधिया आप जस्ट लाइक वाह कोई यार रिव्यू नहीं बहुत वधिया पुत पुत करके गल करते यार इन्ना वधिया लगा ना एंड उन्होंने मैं रील बनाई थक गई शायद थोड़ा गिप्पी भाजी नहीं आए गिप्पी भाजी लास्ट बारी भी नहीं आए जो मेरा कोलैब थी चंडीगढ़ उदो भी नहीं आए इस बारी भी नहीं आए किस्मत च नहीं है शायद चलो कोई नहीं बाकी बहुत वधिया एक्सपीरियंस रहा है मैंने गिफ्ट भी मिल गया बहुत सारे कॉन्टैक्ट्स भी मेरे लिए इतने सब जन ने बहुत वधिया बहुत स्वीट से सब एंड आप पकौड़े पकौड़े खा ले हूँ आप घर में चलने असाइनमेंट करने वाली वो भी कर दी है जाके नहीं तो इतने फफा लग जाए एक तो हील पा पौड़ी उतरना वक्रा एक टास्क है
हम आए थे यहाँ से हम जा रहे हैं। बाय 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 बाय।